ਸਾਰਾ ਬੁੱਲੋਵਾਲ ਬਾਜ਼ਾਰ ਜਾਣਦਾ ਸੀ ਪਰ ਕਿਸੇ ਨੇ ਵੀ ਉਹਦਾ ਨਾਂ ਨਹੀਂ ਲਿਆ। ਕੋਸ ਦਾ ਨੰਬਰ ਕੈਸਟ ਆ, ਸੰਤਾਂ ਦੀ ਰਿਕਾਰਡ ਆ ਉਹਨਾਂ ਦੀ ਆਵਾਜ਼। ਅੱਛਾ ਜੀ। ਕੋਈ ਇਹ ਨਹੀਂ ਕਿ ਸੁਣ ਐਵੇਂ ਹਵਾ ਦੰਦ ਕਥਾ ਨਹੀਂ ਹੈਗੀ। ਉਹਨਾਂ ਨੇ ਮੰਜੀ ਸਾਹਿਬ ਜਿੱਦਣ ਸ਼ਹੀਦ ਹੋਇਆ ਸੀਗਾ ਨਾ, ਉਹ ਤੋਂ ਬਾਅਦ ਸੰਤਾਂ ਨੇ ਸਟੇਜ 'ਤੇ ਰੋ ਕੇ ਕਿਹਾ ਸੀਗਾ ਕਿ ਇਹਨਾਂ ਅਕਾਲੀਆਂ ਨੂੰ ਕੀ ਪਤਾ ਤੁਹਾਡੀ ਕੀ ਸੀਗਾ ਕਿ ਇਹਨਾਂ ਨੇ ਅੱਜ ਮੇਰੀ ਸੱਜੀ ਬਾਂਹ ਵੱਢੀ ਹੈ। ਚਲ ਜੀ, ਸਾਰਿਆਂ ਨੂੰ ਮੈਂ ਮਨਦੀਪ ਸਿੰਘ ਢਿੱਲੋਂ ਅੱਜ ਤੁਹਾਡਾ ਫੇਰ ਸਵਾਗਤ ਕਰਦਾ ਹਾਂ ਇੱਕ ਵੀਡੀਓ ਦੇ ਵਿੱਚ। ਅਤੇ ਅੱਜ ਅਸੀਂ ਖੜ੍ਹੇ ਹਾਂ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਬਾਬਾ ਦਾਸ ਵਿੱਚ। ਕੋਟਲੀ ਬਾਬਾ ਦਾਸ ਉਸ ਮਹਾਨ ਸ਼ਖਸੀਅਤ ਦਾ, ਉਸ ਮਹਾਨ ਯੋਧੇ ਦਾ ਪਿੰਡ ਆ ਜਿਹਦੇ ਬਾਰੇ ਅਕਸਰ ਹੀ ਮਸ਼ਹੂਰ ਆ ਕਿ ਉਹ ਰੇਲ ਦੀ ਪਟਰੀ 'ਤੇ ਬੁਲਟ ਮੋਟਰਸਾਈਕਲ ਚਲਾਉਂਦਾ ਸੀ। ਜਾਂ ਉਹਨਾਂ ਬਾਰੇ ਇੱਕ ਹੋਰ ਕਹਾਣੀ ਮਸ਼ਹੂਰ ਆ ਕਿ ਉਹਨਾਂ ਨੇ ਬੁੱਲੋਵਾਲ ਦੇ ਅੱਡੇ ਦੇ ਵਿੱਚ ਤੰਗੜੀ ਦੇ ਨਾਲ 7-8 ਨਰਕਧਾਰੀਆਂ ਨੂੰ ਇਕੱਲਿਆਂ ਨੇ ਚੰਗਾ ਖੁੱਲ੍ਹਿਆ ਸੀ। ਕੋਟਲੀ ਬਾਬਾ ਦਾਸ ਪਿੰਡ ਹੈਗਾ ਜੀ ਮਹਾਨ ਯੋਧੇ ਦਾ ਪਿੰਡ, ਭਾਈ ਸੁਰਿੰਦਰ ਸਿੰਘ ਸੋਢੀ ਦਾ ਪਿੰਡ। ਅਤੇ ਮੇਰੇ ਪਿੱਛੇ ਤੁਸੀਂ ਪ੍ਰਾਇਮਰੀ ਸਕੂਲ ਦੇਖ ਸਕਦੇ ਹਾਂ ਕੋਟਲੀ ਬਾਬਾ ਦਾਸ ਦਾ। ਹੋ ਸਕਦਾ ਭਾਈ ਸੁਰਿੰਦਰ ਸਿੰਘ ਸੋਢੀ ਨੇ ਮੁੱਢਲੀ ਸਿੱਖਿਆ ਵੀ ਇਸ ਸਕੂਲ ਤੋਂ ਪ੍ਰਾਪਤ ਕੀਤੀ ਹੋਵੇ। ਅਤੇ ਅੱਜ ਤੁਹਾਨੂੰ ਉਹਨਾਂ ਦਾ ਜੱਦੀ ਘਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਓ ਤੁਹਾਨੂੰ ਉਹਨਾਂ ਦੇ ਘਰ ਲੈ ਕੇ ਚੱਲਦੇ ਹਾਂ, ਪਰ ਸਾਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਕਿ ਉਹਨਾਂ ਦੇ ਘਰ ਵਿੱਚ ਸਾਨੂੰ ਕੌਣ ਮਿਲੂਗਾ ਜਾਂ ਕਿਸੇ ਨਾਲ ਕੋਈ ਗੱਲਬਾਤ ਵੀ ਹੋਊਗੀ ਜਾਂ ਨਹੀਂ ਹੋਊਗੀ, ਇਹ ਤੁਸੀਂ ਅੱਗੇ ਜਾ ਕੇ ਵੀਡੀਓ ਦੇ ਵਿੱਚ ਦੇਖਿਓ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੇ ਜੱਦੀ ਘਰ ਅਤੇ ਉਹਨਾਂ ਦਾ ਪਿੰਡ ਦਿਖਾਉਂਦੇ ਹਾਂ। ਅਤੇ ਇੱਕ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਇਸ ਚੀਜ਼ ਲਈ ਵੀ ਬਹੁਤ ਮਸ਼ਹੂਰ ਆ ਕਿ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਗ੍ਰੀਨਰੀ ਬਹੁਤ ਆ। ਅਤੇ ਮੈਨੂੰ ਵੀ ਇਸ ਚੀਜ਼ ਦਾ ਮਾਣ ਆ ਕਿ ਮੇਰਾ ਵੀ ਜ਼ਿਲ੍ਹਾ ਹੁਸ਼ਿਆਰਪੁਰ ਆ। ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਭਾਈ ਸੁਰਿੰਦਰ ਸਿੰਘ ਸੋਢੀ ਦਾ ਜੱਦੀ ਪਿੰਡ ਕੋਟਲੀ ਬਾਬਾ ਦਾਸ। ਸਾਹਮਣੇ ਆ ਬਾਈ ਜੀ ਖੜੇ ਆ, ਇਹਨਾਂ ਨੂੰ ਪੁੱਛਦੇ ਆ ਕਿ ਭਾਈ ਸਾਹਿਬ ਦਾ ਘਰ ਕਿੱਧਰ ਆ। ਸਤਿ ਸ਼੍ਰੀ ਅਕਾਲ ਬਾਬਾ ਜੀ। ਬਾਬਾ ਜੀ ਕੋਟਲੀ ਬਾਬਾ ਦਾਸ ਪਿੰਡ ਹੀ ਆ ਜੀ ਇਹ? ਹਾਂਜੀ ਹਾਂਜੀ, ਇਹ ਕੋਟਲੀ ਬਾਬਾ ਦਾਸ। ਤੇ ਭਾਈ ਸੁਰਿੰਦਰ ਸਿੰਘ ਸੋਢੀ ਦੇ ਘਰ ਜਾਣਾ ਸੀਗਾ ਜੀ? ਹਾਂਜੀ, ਉੱਥੇ ਚੜ੍ਹਦੇ ਪਾਸੇ ਨਾ, ਹਾਂਜੀ, ਕੋਟਲੀ ਦੇ ਵਿੱਚ ਜਾਣਾ, ਜਿਹਨੂੰ ਮਰਜ਼ੀ ਵੈਸੇ ਪੁੱਛ ਲੈ। ਠੀਕ ਆ ਜੀ। ਚੜ੍ਹਦੇ ਪਾਸੇ ਇੰਟਰ ਹੋਣਾ। ਠੀਕ ਆ ਜੀ। ਤੇ ਉਹਨਾਂ ਦਾ ਸਾਹਮਣੇ ਘਰ। ਠੀਕ ਆ ਜੀ, ਠੀਕ ਆ। ਸਾਰੇ ਉਹਨਾਂ ਨੂੰ ਤਕਰੀਬਨ ਆਪਣਾ ਇਲਾਕਾ ਸਾਰਾ ਜਾਣਦਾ। ਠੀਕ ਆ, ਠੀਕ ਆ ਬਾਬਾ ਜੀ। ਉਹਨਾਂ ਦੀ ਬਹੁਤ ਰਿਸਪੈਕਟ ਆਈ ਸੀ। ਠੀਕ ਆ ਜੀ, ਠੀਕ ਆ, ਮਿਹਰਬਾਨੀ ਬਾਬਾ ਜੀ, ਬਹੁਤ ਸੀਗਾ। ਸੁਰਿੰਦਰ ਸਿੰਘ ਸੋਢੀ ਦੇ ਚਾਚਾ ਜੀ ਦਾ ਘਰ ਆ ਜੀ, ਅਤੇ ਅਸੀਂ ਇਹਨਾਂ ਨੂੰ ਪੁੱਛਿਆ, ਉਹ ਕਹਿੰਦੇ ਪੁਰਾਣਾ ਘਰ ਤੁਹਾਨੂੰ ਦਿਖਾ ਦਿੰਦੇ ਹਾਂ, ਬਟ ਉਹ ਘਰ ਦੇ ਵਿੱਚ ਕੋਈ ਰਹਿੰਦਾ ਨਹੀਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਅਤੇ ਆਓ ਤਾਂ ਅਸੀਂ ਘਰ ਦੇਖਣਾ ਸੀ ਤੁਹਾਡੇ। ਤੁਸੀਂ ਚਾਚਾ ਜੀ? ਅੱਛਾ ਜੀ, ਤੁਹਾਡੇ ਸਕੇ ਭਾਈ ਸੀਗੇ? ਚਾਚੇ ਦੇ ਮੁੰਡੇ। ਚਾਚੇ ਦੇ ਮੁੰਡੇ ਸੀ। ਠੀਕ ਹੈ ਜੀ, ਠੀਕ ਹੈ। ਮੈਮ ਅਸੀਂ ਹੈਗੇ ਹਾਂ ਜੀ ਭਾਈ ਸੁਰਿੰਦਰ ਸਿੰਘ ਸੋਢੀ ਜੀ ਦੇ ਤਾਏ ਦੇ ਲੜਕੇ ਦੇ ਘਰ, ਤਾਏ ਦੇ ਭਰਾ, ਮਤਲਬ ਭਾਈ। ਹਾਂਜੀ, ਜੱਦੀ ਘਰ ਇਕੱਠਾ ਹੀ ਹੁੰਦਾ ਸੀਗਾ ਇਹੋ। ਅੱਛਾ ਜੀ। ਜੱਦੀ ਘਰ ਆ ਇਹੋ। ਠੀਕ ਆ ਜੀ। ਸੁਰਿੰਦਰ ਸਿੰਘ ਸੋਢੀ ਦਾ। ਅੱਛਾ ਜੀ। ਲੇਕਿਨ ਅਸੀਂ ਇੱਥੇ ਹੁਣ ਰਹਿ ਰਹੇ ਹਾਂ ਤਾਏ ਉਹਦੇ, ਮਤਲਬ ਕਿ ਉਹ ਭੈਣ ਭਰਾ ਸੀਗੇ, ਭੈਣ ਇੰਗਲੈਂਡ ਆ। ਅੱਛਾ ਜੀ। ਅਤੇ ਭਰਾ ਸ਼ਹੀਦ ਹੋ ਗਿਆ ਸੀਗਾ। ਠੀਕ ਆ ਜੀ। ਅਤੇ ਘਰ ਇਹੋ, ਜੱਦੀ ਘਰ ਇਹੋ ਆ ਸਾਡਾ। ਅੱਛਾ ਜੀ, ਜੱਦੀ ਘਰ ਪਹਿਲਾਂ ਹਵੇਲੀ ਨਹੀਂ ਸੀ, ਹੁਣ ਘਰ ਇੱਧਰ ਬਣਾ ਲਿਆ। ਜਿਹੜੀ ਉਹ ਘਰ ਆ ਜੱਦੀ, ਜਿੱਥੇ ਉਹਦਾ ਜਨਮ ਹੋਇਆ ਸੀਗਾ, ਉਹ ਹਵੇਲੀ ਆ ਹੁਣ। ਠੀਕ ਆ ਜੀ, ਹੋ ਗਿਆ ਆ ਉਦੋਂ। ਠੀਕ ਆ ਜੀ। ਅਤੇ ਮੈਂ ਇੱਕ ਵਾਰੀ ਫਿਰ ਦੱਸਦਾ ਜੀ, ਇਹ ਜਿਹੜਾ ਘਰ ਆ, ਇਸ ਟਾਈਮ ਉਦੋਂ ਇਹਨਾਂ ਦਾ ਸਾਂਝਾ ਘਰ ਹੁੰਦਾ ਸੀਗਾ, ਅਤੇ ਇੱਥੇ ਉਸ ਟਾਈਮ ਹੁੰਦੀ ਸੀ ਹਵੇਲੀ, ਹੈ ਨਾ ਜੀ। ਅਤੇ ਫਿਰ ਬਾਅਦ ਵਿੱਚ ਹਵੇਲੀ ਵਾਲੀ ਜਗ੍ਹਾ 'ਤੇ ਇਹਨਾਂ ਨੇ ਘਰ ਬਣਾ ਲਿਆ, ਅਤੇ ਉਹ ਜਿੱਥੇ ਘਰ ਸੀਗਾ ਉਹ ਬਣਾ ਲਈ ਹਵੇਲੀ। ਅਤੇ ਆ ਉਦੋਂ ਨੂੰ ਉਸ ਹਵੇਲੀ 'ਚ ਲੈ ਕੇ ਚੱਲਦੇ ਹਾਂ ਅੱਜ, ਜਿੱਥੇ ਭਾਈ ਸੁਰਿੰਦਰ ਸਿੰਘ ਸੋਢੀ ਜੀ ਦਾ ਜਨਮ ਹੋਇਆ। ਜਿੱਦਾਂ ਜੱਦੀ ਘਰ ਉਸ ਟਾਈਮ ਦਾ ਹੀ ਆ।
ਠੀਕ ਹੈ ਜੀ, ਹੁਣ ਟਹਿ ਗਿਆ ਕਹਿ ਲਓ ਉਦਾਂ ਹੀ ਪਿਆ ਆ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਥੋੜਾ ਬਹੁਤ ਰੱਖਾ ਹੈ ਯਾਨੀ ਕਿ ਉਸ ਟਾਈਮ ਦਾ ਹੀ ਆ, ਉਹਦੇ ਟਾਈਮ ਦਾ ਜਿੱਦਾਂ। ਠੀਕ ਹੈ ਜੀ, ਇਹ ਕਮਰੇ ਵੀ ਉਸ ਟਾਈਮ ਦੇ ਹੀ ਆ। ਹਾਂਜੀ ਹਾਂਜੀ ਹਾਂਜੀ, ਉਹ ਨੀਵੇਂ ਮਜ਼ਬੂਤੀ ਪਾ ਗਏ। ਸਹੀ ਹੈ ਜੀ, ਸਹੀ ਆ। ਤੁਸੀਂ ਆਏ ਕਿੱਥੋਂ? ਹਾਂ ਅਸੀਂ, ਮੇਰਾ ਹੁਸ਼ਿਆਰਪੁਰ ਜ਼ਿਲ੍ਹਾ ਹੀ ਪੈਂਦਾ ਜੀ। ਅੱਛਾ ਜੀ, ਹਾਂਜੀ। ਖਾਸ ਹੁਸ਼ਿਆਰਪੁਰ ਹੀ ਰਹਿੰਦੇ? ਨਹੀਂ, ਮੇਰਾ ਪਿੰਡ ਦਾ ਐਮਾ ਜੱਟਾਂ ਜੀ। ਕਿੱਥੋਂ ਦਾ? ਐਮਾ ਜੱਟਾਂ, ਮਾਲਪੁਰ ਸੁਣਿਆ ਹੋਵੇ, ਕੋਟ ਫਤੂਈ, ਕੋਟ ਫਤੂਈ ਸੁਣਿਆ ਹੋਵੇ। ਹਾਂਜੀ, ਸੈਲਾ ਖੁਰਦ ਸੁਣਿਆ ਹੋਵੇ, ਉਹਦੇ ਲਾਗੇ ਸਾਡਾ ਪਿੰਡ ਆ ਜੀ। ਠੀਕ ਹੈ ਜੀ। ਹਾਂਜੀ, ਸਾਡੇ ਵੀ ਜਿਹੜਾ ਇਹ ਪਿੰਡ ਆ ਨਾ ਜੀ, ਇਹ ਲਹਿੜੀ ਤੋਂ ਆਇਓ ਆ ਬਜ਼ੁਰਗ। ਅੱਛਾ ਜੀ, ਲਹਿੜੀ ਆਪਣੇ ਉਹ ਮਾਲਪੁਰ ਦੇ ਨਾਲ ਹੀ? ਮਾਲਪੁਰ ਦੇ ਨਾਲ, ਇਹ ਬੈਂਸ ਹੀ ਆ ਸਾਰੇ ਇੱਥੇ। ਠੀਕ ਹੈ ਜੀ, ਠੀਕ ਹੈ। ਅਤੇ ਇੱਕ ਚੀਜ਼ ਮੈਂ ਹੁਣ ਤੋਂ ਬੈਂਸ, ਤੁਸੀਂ ਬੈਂਸ ਦਾ ਨਾਂ ਲਿਆ ਅਤੇ ਮੈਂ ਦੱਸਦਾ ਜੀ, ਲਹਿੜੀ ਦੇ ਨਾਲ ਇੱਕ ਮਾਲਪੁਰ ਆ, ਮਾਲਪੁਰ ਦੇ ਵਿੱਚ ਇੱਕ ਬੈਂਸ ਬੈਂਕ ਆ ਅਤੇ ਉਸ ਬੈਂਸ ਬੈਂਕ ਦੇ ਵਿੱਚ ਸਾਰੇ ਬੈਂਸਾਂ ਦੀ ਖਾਤੇ ਆ, ਮਤਲਬ ਹੋਰ ਕੋਈ ਬੰਦਾ ਉੱਥੇ ਖਾਤਾ ਨਹੀਂ ਖੁਲਾ ਸਕਦਾ। ਇਹ ਉੱਥੋਂ ਹੀ ਆਇਓ ਲਹਿੜੀ ਅਤੇ ਸਾਡੇ ਬਜ਼ੁਰਗ ਆ ਪੁਰਾਣੇ ਪਹਿਲੇ। ਠੀਕ ਆ ਜੀ, ਠੀਕ ਆ। 100 ਸਾਲ, 150 ਸਾਲ ਪਹਿਲਾਂ ਆਇਓ ਬਈ, 100 ਸਾਲ ਪਿੰਡ ਜਦ ਉੱਥੇ ਲਹਿੜੀ ਸੀਗਾ ਨਾ, ਛੋਟੀ ਲਹਿੜੀ ਕਰਕੇ ਵੱਡੀ ਲਹਿੜੀ ਮਾਲਪੁਰ ਦੇ ਨਾਲ। ਠੀਕ ਆ ਜੀ, ਠੀਕ ਆ। ਫਿਰ ਤੁਹਾਡੀ ਦਾ ਵੀ ਬੈਂਸ ਹੀ ਸੀਗਾ? ਠੀਕ ਆ ਜੀ, ਠੀਕ ਆ। ਉਹ ਕੱਚਾ ਨਾਂ ਆ ਸੁਰਿੰਦਰ ਸਿੰਘ ਸੋਢੀ। ਸਹੀ ਆ ਜੀ, ਸਹੀ ਆ। ਉੱਦਾਂ ਜਿਹੜੀ ਗੋਤ ਦੇ ਤੌਰ 'ਤੇ ਤਾਂ ਸਿੰਘ ਮੰਨਦੇ ਨੀਗੇ। ਹਾਂਜੀ ਹਾਂਜੀ ਹਾਂਜੀ, ਉੱਦਾਂ ਬੈਂਸਾਂ 'ਚੋਂ। ਸਹੀ ਆ ਜੀ, ਸਹੀ ਆ। ਆਹ ਹੈਗਾ ਪੁਰਾਣਾ ਇੱਕ ਕਮਰਾ। ਸਹੀ, ਅੱਛਾ ਜੀ, ਬਹੁਤ ਨੀਵੇਂ ਹੋ ਗਏ ਹੋ ਨਾ। ਹਾਂਜੀ, ਇੱਥੇ ਅਸੀਂ ਜੁੱਤੀ ਨੇ, ਇੱਥੇ ਦਾਂ ਉਹ ਕੋਠੀਆਂ ਵਗੈਰਾ ਰੱਖੀਆਂ, ਬੱਤੀਆਂ ਲਾਇਬ੍ਰੇਰੀ ਜੀ ਤੌਰ 'ਤੇ ਉਹਦੇ ਵਿੱਚ ਕਿਤਾਬਾਂ ਰੱਖੀਆਂ। ਅੱਛਾ ਜੀ, ਫਿਰ ਮੈਂ ਜੁੱਤੀ ਖੋਲ ਕੇ ਸ਼ਾਟ ਲੈਂਦਾ। ਇਹ ਹੈਗਾ ਜੀ ਉਸ ਟਾਈਮ ਦਾ ਘਰ ਅਤੇ ਕਮਰਾ ਇੱਕ ਉਸ ਟਾਈਮ ਦਾ ਬਚਿਆ ਜਿੱਦਾਂ। ਹਾਂਜੀ ਹਾਂਜੀ, ਅਤੇ ਕਾਫੀ ਨੀਵਾਂ ਹੋਇਆ ਅਤੇ ਇਹਨਾਂ ਨੇ ਇਸ ਕਮਰੇ ਦੇ ਵਿੱਚ ਭਾਈ ਸੁਰਿੰਦਰ ਸਿੰਘ ਸੋਢੀ ਦੇ ਨਾਲ ਦੀਆਂ ਉਹਨਾਂ ਦੀਆਂ ਯਾਦਾਂ ਸਾਂਭੀਆਂ ਹੋਈਆਂ। ਲਾਇਬ੍ਰੇਰੀ ਦੇ ਤੌਰ 'ਤੇ ਬਹੁਤ ਸਾਰੀਆਂ ਕਿਤਾਬਾਂ ਇੱਥੇ ਰੱਖੀਆਂ ਹੋਈਆਂ, ਕਿਤਾਬਾਂ ਰੱਖੀਆਂ ਜਿੱਦਾਂ ਜਿਹੜੇ ਇਤਿਹਾਸ ਮੁਤਾਬਕ ਨਵੀਆਂ। ਠੀਕ ਆ ਜੀ, ਠੀਕ ਆ। ਸੰਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ। ਅਤੇ ਫਿਰ ਵੀ ਜੀ ਵਧੀਆ, ਬਹੁਤ ਵਧੀਆ ਕਿ ਤੁਸੀਂ ਇਹ ਇੰਨੀ ਕੁ ਜਗ੍ਹਾ ਹੀ ਸਾਂਭੀ ਹੋਈ ਆ, ਭਾਵੇਂ ਨੀਵੀਂ ਹੋ ਗਈ ਆ, ਤੁਸੀਂ ਇਹ ਜਗ੍ਹਾ ਸਾਂਭੀ ਹੋਈ ਆ। ਜਿਹੜਾ ਜਿੱਥੇ ਜਨਮ ਹੋਇਆ ਕਮਰਾ, ਉਹ ਵੀ ਸਾਂਭਿਆ ਹੋਇਆ। ਅੱਛਾ ਜੀ, ਉਹ ਵੀ ਨੀਵਾਂ ਆ। ਠੀਕ ਆ ਜੀ, ਠੀਕ ਆ, ਚਲੋ ਉਹ ਵੀ ਦੇਖਦੇ ਆ ਜੀ। ਉਸੇ ਹਾਲ ਕੇ ਯਾਰ ਜੀ ਜਿੱਦਾਂ ਹੈਗੇ। ਠੀਕ ਆ ਜੀ, ਆਉਂਦੇ ਬਹੁਤ ਆ ਨਾ ਦੇਖਣ। ਅੱਛਾ ਜੀ, ਕਾਫੀ ਸਿੱਖ ਚੈਨਲ ਵਾਲੇ ਵੀ ਆਏ ਸੀਗੇ। ਠੀਕ ਆ ਜੀ, ਠੀਕ ਆ, ਸਹੀ ਆ ਜੀ। ਇੱਥੇ ਵੀ 2 ਕਮਰੇ ਸੀਗੇ। ਅੱਛਾ ਜੀ, ਉਹ ਟਹਿ ਗਏ ਸੀਗੇ। ਠੀਕ ਆ ਜੀ, ਦੇਖਣ ਤੋਂ ਬਾਅਦ ਫਿਰ ਮੈਂ ਹੁਣ, ਮੈਨੂੰ ਸ਼ੌਂਕ ਆ ਬੂਟੇ ਲਾਉਣ ਦਾ। ਸਹੀ ਆ ਜੀ, ਸਹੀ ਆ ਜੀ। ਮੈਨੂੰ ਨੀਂਦ ਵੀ ਇੱਧਰ ਹੀ ਆਉਂਦੀ ਵਧੀਆ, ਹਵਾ, ਇੱਕ ਤਾਂ ਆਕਸੀਜਨ, ਅਸੀਂ ਪੱਕੇ ਮਕਾਨ ਪੱਥਰ ਤਾਂ ਲਾਈ ਜਾਂਦੇ ਹਾਂ। ਹਾਂਜੀ ਹਾਂਜੀ, ਪਰ ਉਹ ਚੀਜ਼ ਨਹੀਂ ਜਿਹੜੀ ਆ ਵਾਤਾਵਰਨ। ਬਿਲਕੁਲ ਜੀ, ਬਿਲਕੁਲ ਬਿਲਕੁਲ। ਨਹੀਂ, ਤੁਸੀਂ ਸੋਹਣੀ ਹਰਿਆਲੀ ਇੱਥੇ ਕੀਤੀ ਹੋਈ ਆ, ਵਧੀਆ ਜੀ। ਵੈਸੇ ਵੀ ਆਪਣਾ ਹੁਸ਼ਿਆਰਪੁਰ ਜ਼ਿਲ੍ਹਾ ਤਾਂ ਜੀ ਕਾਫੀ ਹਰਿਆਲੀ ਲਈ ਜਾਣਿਆ ਜਾਂਦਾ, ਤੁਹਾਡਾ ਤਾਂ ਪਿੰਡ ਵੀ ਪੂਰਾ ਹਰਿਆਲੀ ਦੇ ਵਿੱਚ ਵਸਿਆ ਹੋਇਆ ਹਨਾ। ਖੇਤਾਂ 'ਚ ਵੀ ਮੈਂ ਚੰਦਨ ਵਗੈਰਾ ਸਾਰੇ ਲਾਏ ਬੂਟੇ। ਅੱਛਾ ਜੀ, ਚਿੜੀ ਬਣਾਈ ਇੱਥੇ, ਉੱਥੇ ਵੀ ਦੋ। ਠੀਕ ਆ ਜੀ, ਪੱਖਾ ਬੇਸ਼ੱਕ ਬੰਦ ਕਰ ਦੇ। ਅੱਛਾ ਆਪਣੇ ਹੱਥੀਆਂ ਹਲਾ ਤੀ, ਕਿਉਂ ਪੁਰਾਣਾ ਮਕਾਨ ਹੁਣ ਕਰਕੇ ਨਾ ਉਹ ਕੰਧਾਂ ਦੇ ਵਿੱਚੋਂ ਡਿੱਗਣ। ਹਾਂਜੀ ਹਾਂਜੀ ਹਾਂਜੀ, ਸੀਮੈਂਟ ਪੋਰ ਪੋਰ ਕੇ ਡਿੱਗਣ ਲੱਗ ਪੈਂਦਾ। ਇਹ ਉਹ ਕਮਰਾ ਹੈ ਜੀ ਜਿੱਥੇ ਭਾਈ ਸੁਰਿੰਦਰ ਸਿੰਘ ਸੋਢੀ ਜੀ ਦਾ ਜਨਮ ਹੋਇਆ ਸੀਗਾ, ਅਤੇ ਇਸ ਪਰਿਵਾਰ ਨੇ ਵੀ ਉਹ ਕਮਰਾ ਉਸੇ ਤਰ੍ਹਾਂ ਸਾਂਭਿਆ ਹੋਇਆ ਆ। ਉਸ ਟਾਈਮ ਦੇ ਹਿਸਾਬ ਨਾਲ ਜਿੱਦਾਂ ਕੰਧਾਂ ਦੇ ਵਿੱਚੋਂ ਕਲਰ ਡਿੱਗਣ ਲੱਗ ਪੈਂਦਾ, ਇਹਦੇ 'ਤੇ PVC ਦੀ ਸੀਲਿੰਗ ਕਰ ਦਿੱਤੀ, ਪਰ ਉੱਪਰ ਹਲੇ ਬਾਲਿਆਂ ਦੀ ਛੱਤ ਆ। ਅਤੇ ਦੱਸਦੇ ਆ ਕਿ ਅਸੀਂ ਛੱਤ ਨੂੰ 2 ਵਾਰੀ ਬਾਲੇ ਚੇਂਜ ਕਰ ਚੁੱਕੇ ਹਾਂ, ਅਤੇ ਇਹ ਵੀ ਜਿਹੜਾ ਕਮਰਾ ਆ ਕਾਫੀ ਨੀਵਾਂ ਹੋਏ ਆ। ਹੁਣ ਫਿਰ ਜਦੋਂ ਹਵੇਲੀ ਵਾਲੇ ਪਸ਼ੂ ਫਿਰ ਕਦਕ ਰੱਖ ਲਿਆ। ਇਹ ਵੀ ਮਕਾਨ ਰਹਿਣ ਯੋਗ ਵਧੀਆ ਹੁੰਦੇ ਸੀਗੇ, ਉਹ ਪੁਰਾਣੇ ਟਾਈਮਾਂ 'ਚ ਇੱਦਾਂ ਹੁੰਦਾ ਸੀ। ਹੋਇਆ ਸੀ ਇਸ ਕਮਰੇ 'ਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਅਸੀਂ ਰੱਖਿਆ ਉਸ ਟਾਈਮ 'ਤੇ। ਅੱਛਾ ਜੀ, ਇੱਥੇ ਕੀਰਤਨ ਹੋਇਆ ਸੀ, ਉਦੋਂ ਉਹਦਾ ਨਾਮ ਵਗੈਰਾ ਕਢਾਇਆ ਗਿਆ। ਅੱਛਾ ਜੀ, ਆਹ ਵਾਲਾ ਕਮਰਾ ਜਿੱਥੇ ਡਿਸ਼ ਲੱਗੀ ਨਾ। ਹਾਂਜੀ, ਸਹੀ ਆ ਜੀ, ਸਹੀ ਆ। ਦੂਜੇ ਪਾਸੇ ਦੂਜੇ ਪਾਸੇ ਇੱਥੇ ਯਾਨੀ ਕਿ ਸਾਂਝੇ ਪਰਿਵਾਰ ਰਹਿੰਦਾ ਸੀਗਾ।
ਠੀਕ ਹੈ ਜੀ ਠੀਕ ਹੈ ਜੀ ਸਾਡੇ ਉਹ ਅਮਰੀਕਾ ਚ ਸਿੰਘਾਂ ਦੀ ਡੈਥ ਹੋ ਗਈ ਹੁਣ ਅੱਛਾ ਜੀ ਉਹਨਾਂ ਦੀ ਪਰਿਵਾਰ ਸਾਰਾ ਅਮਰੀਕਾ ਦੇ ਵਿੱਚ ਆ ਤੇ ਭਾਈ ਸਿੰਦਰ ਸਿੰਘ ਥੋੜੀ ਆ ਕਿੰਨੀ ਉਮਰ ਸੀ ਉਸ ਵੇਲੇ ਜਦੋਂ ਸ਼ਹੀਦ ਹੋ ਗਿਆ ਥੋੜੀ ਸੀ ਉਮਰ ਮੇਰੇ ਖਿਆਲ ਨਾਲ ਤੇ 84 ਚ ਪੂਰੇ ਹੋਏ ਸੀਗੇ ਤੇ ਮੇਰੇ ਖਿਆਲ ਨਾਲ ਦਾ ਜਨਮ 65 ਦਾ ਆ ਅੱਛਾ ਜੀ ਠੀਕ ਆ ਜੀ ਤੇ ਤੁਹਾਡੇ ਹਾਣੀ ਸੀ ਜਾਂ ਤੁਹਾਡੇ ਤੋਂ ਵੱਡੇ ਸੀ ਸਟਾਰਟ ਦਾ ਆ ਖਾਲਸਾ ਪਿੰਡਰਾਣਾ ਦੀ ਸੰਗਤ ਵੀ ਜ਼ਰੂਰ ਕੀਤੀ ਹੋਣੀ ਆ ਹਾਂਜੀ ਮੈਂ ਤਾਂ ਉਹਨਾਂ ਦੇ ਨਾਲ ਬਿਲਕੁਲ ਕੰਨਮੈਨ ਵੀ ਰਿਹਾ ਉਹਨਾਂ ਕੁੱਟ ਵੀ ਕਰਦੀ ਆ ਤੇ ਲੱਤਾਂ ਵੀ ਕੁੱਟੀਆਂ ਉਹਨਾਂ ਦੀਆਂ ਅੱਛਾ ਜੀ ਸਹੀ ਹੈ ਜੀ ਸਹੀ ਹੈ ਅਤੇ ਇੱਕ ਚੀਜ਼ ਹੋਰ ਜਿੱਦਾਂ ਸੁਣੀ ਸੀ ਕਿ ਭਾਈ ਸੁਰਿੰਦਰ ਸਿੰਘ ਸੋਢੀ ਜੀ ਉੱਥੇ ਹਰੀਆਂ ਵੇਲਾ ਗੁਰਦੁਆਰੇ ਹੁੰਦੇ ਸੀ ਤਾਂ ਸੰਤ ਜੀ ਉੱਥੋਂ ਲੈ ਕੇ ਗਏ ਸੀ ਇਹਨਾਂ ਨੂੰ ਉਹ ਕਹਾਣੀ ਜ਼ਰੂਰ ਮੜ ਜੇ ਦੱਸਿਓ ਜੇ ਕਿੱਦਾਂ ਕਿੱਦਾਂ ਹੋਈ ਸੀ ਉਹ ਕਹਾਣੀ ਇੱਦਾਂ ਨਹੀਂ ਸੀਗੀ ਹੋਈ ਉਹ ਪਹਿਲਾਂ ਇਹ ਟਕਸਾਲ ਦੇ ਵਿੱਚ ਹੀ ਸੀਗੇ ਛੋਟੇ ਯਾਨੀ ਕਿ ਇਹਨਾਂ 'ਤੇ ਕੋਈ ਪਹਿਲਾਂ ਘਰੋਂ ਜਦੋਂ ਇਹ ਥੋੜ੍ਹਾ ਨਾਰਾਜ਼ ਹੋ ਕੇ ਚੱਲ ਗਏ ਸੀਗੇ ਅੱਛਾ ਜੀ ਜਿੱਦਾਂ ਇਹਨਾਂ ਦੇ ਮਾਂ ਪਿਓ ਛੋਟੇ ਹੁੰਦਿਆਂ ਦੇ ਪੂਰੇ ਹੋ ਗਏ ਸੀਗੇ ਠੀਕ ਆ ਜੀ ਅਤੇ ਉਹ ਕੁਛ ਹੋ ਜਾਂਦਾ ਕਿ ਤਾਇਆ ਮਤਲਬ ਸਾਡੇ ਪਿਤਾ ਜੀ ਸਾਨੂੰ ਚੰਗੀ ਤਰ੍ਹਾਂ ਸਾਨੂੰ ਤੰਗ ਜਾਂ ਕਿ ਸਾਨੂੰ ਝਿੜਕਦੇ ਆ ਕਿਉਂਕਿ ਮਾਂ ਪਿਓ ਤੋਂ ਨਿਆਣਾ ਹੋ ਗਏ ਤਾਂ ਫਿਰ ਕਈ ਲੋਕ ਉਂਗਲੀ ਵੀ ਲਾ ਦਿੰਦੇ ਆ ਨਾ ਹਾਂਜੀ ਹਾਂਜੀ ਉਸ ਚੱਕਰ 'ਚ ਥੋੜ੍ਹਾ ਜਿਹਾ ਨਾਰਾਜ਼ ਹੋ ਕੇ ਨਾ ਘਰੋਂ ਚਿਲ ਗਿਆ ਅੱਛਾ ਜੀ ਅਤੇ ਇਹਦਾ ਸੰਪਰਕ ਫਿਰ ਸੰਤਾਂ ਨਾਲ ਹੋ ਗਿਆ ਥੈਂਕ ਯੂ ਹਾਂਜੀ ਸੰਤਾਂ ਦੇ ਨਾਲ ਕਿਸੇ ਤਰ੍ਹਾਂ ਹਨ ਸੰਤਾਂ ਦੇ ਕੋਲ ਰਾਮਪੁਰ ਖਿੜੇ ਅੱਛਾ ਜੀ ਸ਼ੁਰੂ ਤੋਂ ਦੱਸਦਾ ਨਾ ਹਾਂਜੀ ਹਾਂਜੀ ਜਿੱਦਾਂ ਉਹ ਪਹਿਲਾਂ ਘਰੋਂ ਗਿਆ ਉਹ ਤੋਂ ਬਾਅਦ ਘਰੋਂ ਨਾਰਾਜ਼ ਹੋ ਕੇ ਜਦੋਂ ਗਿਆ ਤਾਂ ਇਹਦਾ ਕਿਸੇ ਰਾਹੀਂ ਸੰਪਰਕ ਹੋਇਆ ਸੰਤਾਂ ਦੇ ਨਾਲ ਅੱਛਾ ਜੀ ਜਦੋਂ ਸੰਤਾਂ ਨਾਲ ਸੰਪਰਕ ਹੋਇਆ ਉਸ ਟਾਈਮ 'ਤੇ ਥੋੜ੍ਹਾ ਹਲ ਨਿਆਣਾ ਸੀਗਾ ਅਤੇ ਅੱਠਵੀਂ 'ਚੋਂ ਹੀ ਹਟ ਗਿਆ ਸੀਗਾ ਉਦੋਂ ਇਹ ਅੱਠ ਕਲਾਸਾਂ ਹੀ ਪੜ੍ਹਿਆ ਸੀਗਾ ਅਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਸੰਤਾਂ ਕੋਲ ਗਿਆ ਉਹ ਬੱਚਾ ਸੀ ਉੱਥੇ ਇਹਨੇ ਪੂਰੀ ਸੰਥਿਆ ਲਈ ਆ ਲੜੀਵਾਰ ਸਰੂਪ ਦੀ ਠੀਕ ਆ ਜੀ ਪੱਟੀ ਠੀਕ ਆ ਜੀ ਫਿਰ ਇਹ ਤਬਲਾ ਸਿੱਖਦਾ ਸੀਗਾ ਅੱਛਾ ਜੀ ਅਤੇ ਤਬਲਾ ਸਿੱਖਦਾ ਕੁਛ ਟਾਈਮ ਦੇ ਵਿੱਚੋਂ ਫਿਰ ਜੇ ਪਤਾ ਨਹੀਂ ਉੱਥੇ ਕਿਸੇ ਕੋਲ ਨਾਰਾਜ਼ਗੀ ਹੋਈ ਜਾਂ ਉਹ ਜੱਥਾ ਛੱਡ ਕੇ ਉਦੋਂ ਸੰਤ ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀ ਪੰਡਾਲ ਅੱਛਾ ਜੀ ਰਾਮਪੁਰ ਖੇੜੇ ਟਿੱਬਾ ਸਾਹਿਬ ਗੁਰਦੁਆਰਾ ਹੁਸ਼ਿਆਰਪੁਰ ਠੀਕ ਹੈ ਜੀ ਇੱਥੇ ਵੀ ਨਾਲ ਹੀ ਸੀ ਸੋਢੀ ਉਦੋਂ ਟਿੱਬਾ ਸਾਹਿਬ ਸੰਤ ਆਉਂਦੇ ਹੁੰਦੇ ਸੀ ਅੱਛਾ ਜੀ ਇੱਥੇ ਵੀ ਉਹਦਾ ਪੜਾਅ ਫਿਰ ਇੱਦਾਂ ਮਿੱਠਾ ਆਪਣੇ ਰਾਮਪੁਰ ਖੇੜੇ ਉਹ ਜਿੱਥੇ ਜਿੱਥੇ ਪਿੰਡਾਂ 'ਚ ਪੜਾਅ ਕਰਦੇ ਸੀ ਉੱਧਰ ਸਰਹਿਆਲੀ ਪਿੰਡ ਜਿੱਦਾਂ ਪਿੰਡਾਂ 'ਚ ਉਦੋਂ ਸੰਤ ਪ੍ਰਚਾਰ ਕਰਦੇ ਹੁੰਦੇ ਸੀਗੇ ਉਦੋਂ ਇਹ ਨਾਲ ਸੀ ਉਦੋਂ ਇਹ ਪੰਜਾਂ ਪਿਆਰਿਆਂ 'ਚ ਵੀ ਲੱਗਦਾ ਸੀ ਅੰਮ੍ਰਿਤ ਛਕਾਉਣ ਲਈ ਅੱਛਾ ਜੀ ਉਦੋਂ ਸਾਰਾ ਵਿੱਦਿਆ ਇਹਨੇ ਪੂਰੀ ਲੜੀਵਾਰ ਸਰੂਪ ਤੋਂ ਲਈ ਉਹ ਤੋਂ ਬਾਅਦ ਇਹੋ ਜਿਹੜਾ ਪਰਿਵਾਰ ਹੈ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸੀ ਸਾਡਾ ਅੱਛਾ ਜੀ ਅਤੇ ਇਹਨੇ ਪਹਿਲਾਂ ਅਖੰਡ ਕੀਰਤਨੀ ਜਥੇ ਤੋਂ ਅੰਮ੍ਰਿਤ ਛਕਿਆ ਸੀਗਾ ਠੀਕ ਹੈ ਜੀ ਫਿਰ ਇਹ ਉੱਧਰ ਸੰਤਾਂ ਕੋਲ ਜਿਲ ਗਿਆ ਸੰਤਾਂ ਦੇ ਨਾਲ ਰਿਹਾ ਉੱਥੋਂ ਫਿਰ ਇਹ ਛੱਡ ਕੇ ਅਤੇ ਇੱਥੇ ਆ ਗਿਆ ਹਰੀਆਂ ਵੇਲੀ ਅੱਛਾ ਜੀ ਪਹਿਲਾਂ ਉੱਥੇ ਪਾਠੀ ਬਣਿਆ ਠੀਕ ਹੈ ਜੀ ਸੰਥਿਆ ਲਈ ਫਿਰ ਉੱਥੋਂ ਛੱਡ ਕੇ ਆ ਗਿਆ ਠੀਕ ਹੈ ਜੀ ਛੱਡ ਕੇ ਆਣ ਕੇ ਫਿਰ ਬਾਬਾ ਬਿਜਨ ਸਿੰਘ ਦੀ ਇਹ ਜੀਪ ਚਲਾਉਂਦਾ ਰਿਹਾ ਅੱਛਾ ਜੀ ਅਤੇ ਉਹਨਾਂ ਦਾ ਟਾਂਗਾ ਹੁੰਦਾ ਸੀ ਹੁਸ਼ਿਆਰਪੁਰ ਠੀਕ ਠੂਕ ਕਰਾਉਣ ਆਉਣਾ ਉਹਨੂੰ ਟਾਂਗੇ ਨੂੰ ਜਾਂ ਟਾਂਗੇ 'ਚ ਸਮਾਨ ਲੈ ਕੇ ਜਾਣਾ ਠੀਕ ਹੈ ਜੀ ਮੈਂ ਵੀ ਉਦੋਂ ਨਾਲ ਹੀ ਸੀ ਉੱਥੇ ਹੀ ਹਰੀਆਂ ਗੱਲਾਂ ਵੀ ਅੱਛਾ ਜੀ ਅਤੇ ਉਹ ਬਾਬਾ ਬਿਜਨ ਸਿੰਘ ਕੋਲ ਨਿਹਾਲ ਸਿੰਘ ਹੋਣੀ ਉਦੋਂ ਹਕੀਮਪੁਰ ਰਹਿੰਦੇ ਹੁੰਦੇ ਸੀ ਅੱਛਾ ਜੀ ਜਿਹੜੇ ਹੋਣੇ ਆ ਉੱਥੇ ਠੀਕ ਉਹ ਅੰਡਰ ਉਹਨਾਂ ਦੇ ਸੀ ਵੱਡੇ ਸੰਤ ਜਿਹੜੇ ਸੀਗੇ ਬਾਬਾ ਬਿਜਨ ਸਿੰਘ ਉਹਨਾਂ ਦੇ ਨਾਲ ਸੀ ਉਹਨਾਂ ਦੀ ਠੀਕ ਹੈ ਜੀ 2 ਸਾਲ ਫਿਰ ਉੱਥੇ ਰਿਹਾ ਉਹਦੇ ਦੌਰਾਨ ਫਿਰ ਜਦੋਂ ਦੌਰ ਆ ਗਿਆ ਸ਼ੁਰੂ ਹੋ ਗਿਆ ਨਿਰੰਕਾਰੀਆਂ ਦੇ ਕਾਂਡ ਤੋਂ ਬਾਅਦ ਹਾਂਜੀ ਸੰਤ ਜਦੋਂ ਦਰਬਾਰ ਸਾਹਿਬ ਚਲ ਗਏ ਅੱਛਾ ਜੀ ਇਹ ਫਿਰ ਦੁਬਾਰਾ ਸੰਤਾਂ ਦੇ ਸੰਪਰਕ 'ਚ ਆਇਆ ਠੀਕ ਉਹ ਸੰਪਰਕ 'ਚ ਇੱਦਾਂ ਆ ਕਿ ਇਹੋ ਕੋਈ ਰਿਵਾਲਵ ਹਥਿਆਰ ਵਗੈਰਾ ਲੈਣ ਗਿਆ ਸੀ ਨੇਪਾਲ ਤੋਂ ਅੱਛਾ ਜੀ ਅਤੇ ਇਹਦੇ ਨਾਲ ਇੱਕ ਸਿੰਘ ਸੀ ਇਹ ਨੇਪਾਲ ਆਪਣੇ ਪਾਣੀਪਤ ਫਾੜ ਹੋ ਗਏ ਸੀਗੇ ਅੱਛਾ ਜੀ ਪਾਣੀਪਤ ਫਾੜ ਹੋਣ 'ਤੇ ਫਿਰ ਇਹ ਦੂਸਰਾ ਇਹਨਾਂ ਨੇ ਜਮਾਨਤ ਜਿਹੜੀ ਫਿਰ ਸੰਤਾਂ ਨੇ ਕਰਵਾਈ ਸੀ ਇਹਦੀ ਠੀਕ ਜਮਾਨਤ ਕਰਾਉਣ ਤੋਂ ਫਿਰ ਸੰਤਾਂ ਦੇ ਨਾਲ ਹੀ ਹੋ ਗਿਆ ਠੀਕ ਹੈ ਜੀ ਅਤੇ ਉਹ ਤੋਂ ਬਾਅਦ ਫਿਰ ਜੋ ਵੀ ਹੈਗਾ ਉਹ ਤਾਂ ਸਾਰਾ ਅਖਬਾਰਾਂ 'ਚ ਹੀ ਆ ਅਤੇ ਭਾਈ ਸਾਹਿਬ ਇੱਕ ਜਿਹੜੀ ਹੋਰ ਬਹੁਤ ਜਿਹੜੀ ਮਸ਼ਹੂਰ ਆ ਭਾਈ ਸਾਹਿਬ ਬਾਰੇ ਕਹਾਣੀ ਕਿ ਉਹ ਬੁਲਟ ਜਿਹੜਾ ਮੋਟਰਸਾਈਕਲ ਆ ਰੇਲ ਦੀ ਪਟਰੀ 'ਤੇ ਚਲਾ ਲੈਂਦੇ ਸੀ ਇਹਦੇ ਬਾਰੇ ਜ਼ਰੂਰ ਦੱਸਿਓ ਤੁਹਾਨੂੰ ਇਸ ਬਾਰੇ ਪਤਾ ਜਾਂ ਤੁਸੀਂ ਦੇਖਿਆ ਕਈ ਵਾਰੀ ਕਈ ਕੋਈ ਕਹਾਣੀ ਐਵੇਂ ਹੀ ਮਸ਼ਹੂਰ ਹੋ ਜਾਂਦੀ ਹੈ ਇਹਦੀ ਵੀ ਸੱਚਾਈ ਦੱਸਿਓ ਇੱਕ ਦੰਦ ਕਥਾ ਆ ਹਾਂਜੀ ਜਿਵੇਂ ਕਿ ਇਹ ਨਾ ਜਦੋਂ ਉੱਥੇ ਕਿਤੇ ਜਾਂਦਾ ਪਿਆ ਸੀਗਾ ਉਹਰੇ ਫਾਟਕ 'ਤੇ ਨਾ ਨਾਕਾ ਲੱਗਾ ਸੀਗਾ ਅੱਛਾ ਜੀ ਉਹ ਫਾਟਕ ਤੋਂ ਇਹਨੇ ਜਿੱਦਾਂ ਹੀ ਦੇਖਿਆ ਅਤੇ ਇਹਨੇ ਉਹ ਨਾਲ ਦੀ ਡੰਡੀ ਨਹੀਂ ਹੁੰਦੀ ਹਾਂਜੀ ਲੈਣ 'ਤੇ ਉੱਥੋਂ ਦੀ ਕੱਢ ਕੇ ਲੈ ਗਿਆ ਸੀਗਾ ਠੀਕ ਆ ਜੀ ਦੇਖਦੀ ਰਹਿ ਗਈ ਸੀਗੀ ਠੀਕ ਆ ਜੀ ਉਦੋਂ ਦੀ ਫਿਰ ਉਹ ਦੰਦ ਕਥਾ ਬਣ ਗਈ ਕਿ ਲੈ ਪੁਲਿਸ ਕਿ ਲੈਣ ਦੇ ਉੱਪਰ ਦੀ ਵੀ ਲੈ ਜਾਂਦਾ ਪੁਲ ਵੀ ਸੀਗਾ ਨਾ ਉਹਦੇ ਮੂਹਰੇ ਫਾਟਕ ਸੀਗਾ ਠੀਕ ਆ ਜੀ ਜਗ੍ਹਾ ਨਹੀਂ ਸੀਗੀ ਹੋਰ ਪਿੱਛੇ ਮੁੜ ਨਹੀਂ ਸੀ ਸਕਦਾ ਸਹੀ ਸਹੀ ਜਿੱਦਾਂ ਹੀ ਫਾਟਕ ਆਇਆ ਉੱਦਾਂ ਹੀ ਇਹਨੇ ਉੱਥੋਂ ਦੀ ਪਾਇਆ
ਤੇ ਉਹ ਮੋਟਰਸਾਈਕਲ ਉੱਥੋਂ ਦੀ ਕੱਢ ਕੇ ਲੈ ਗਿਆ ਸੀਗਾ। ਠੀਕ ਹੈ ਜੀ। ਅਤੇ ਜਦੋਂ ਭਾਈ ਸੁਰਿੰਦਰ ਸਿੰਘ ਸੋਢੀ ਜੀ ਸੰਤਾਂ ਦੇ ਨਾਲ ਉੱਥੇ ਰਹਿਣ ਲੱਗ ਪੈਂਦੇ ਆ, ਸੰਤਾਂ ਦੇ ਕੋਲ ਚਲੇ ਜਾਂਦੇ ਪ੍ਰੋਪਰ, ਉਸ ਤੋਂ ਬਾਅਦ ਫਿਰ ਘਰ ਆਉਂਦੇ ਜਾਂਦੇ ਰਹਿੰਦੇ ਸੀ? ਨਹੀਂ, ਅੱਛਾ ਘਰ ਨਹੀਂ ਆਏ, ਮੁੜ ਕੇ ਘਰ ਨਹੀਂ ਆਏ, ਉਹ ਤੋਂ ਬਾਅਦ ਨਹੀਂ। ਠੀਕ ਆ ਜੀ। ਉਹ ਪੇਪਰ ਪੁਲਿਸ ਦੇ ਕਾਗਜ਼ਾਂ 'ਚ ਵੀ? ਆਖਰੀ ਵਾਰੀ ਜਦੋਂ ਘਰ ਕਦੋਂ ਆਏ ਸੀ ਇਸ ਘਰ ਦੇ ਵਿੱਚ? ਪਹਿਲਾਂ ਹੀ ਆਏ ਆ, ਜਦੋਂ ਜਿਹੜੇ ਜਦੋਂ ਮਿੱਠਾ ਟਵਾਣਾ ਜਦੋਂ ਸੰਤ ਬਾਹਰ ਘੁੰਮ ਲੈਂਦੇ ਸੀ ਉਹ ਤੋਂ ਬਾਅਦ ਨਹੀਂ ਆਏ। ਠੀਕ ਆ ਜੀ, ਠੀਕ ਆ। ਜਾਂ ਜਦੋਂ ਇਹ ਪਾਣੀਪਤ ਤੋਂ ਜ਼ਮਾਨਤ ਹੋਈ ਹੈ ਇਹਦੀ, ਫਿਰ ਇੱਥੇ ਹੁਸ਼ਿਆਰਪੁਰ ਸਦਰ ਥਾਣੇ ਤੋਂ ਹੋਈ ਸੀ ਜ਼ਮਾਨਤ। ਠੀਕ ਆ। ਉਦੋਂ ਇੱਕ ਵਾਰੀ ਆਇਆ ਸੀਗਾ। ਠੀਕ ਆ ਜੀ। ਉਹ ਕਿਹੜੇ ਸੰਦ ਦੀ ਗੱਲ ਹੋਊਗੀ? ਉਹ ਹੁਣ ਯਾਦ ਨਹੀਂ ਮੈਨੂੰ। ਠੀਕ ਆ ਜੀ। ਅਤੇ ਭਾਈ ਸਾਹਿਬ ਇੱਕ ਜਿਹੜੀ ਬੁੱਲੋਵਾਲ ਦੇ ਅੱਡੇ ਦੀ ਕਹਾਣੀ ਮਸ਼ਹੂਰ ਆ, ਉਹ ਮਤਲਬ ਕਿ ਕਹਾਣੀ ਜਿਹੜੀ ਆ ਨਾ, ਉਹ ਨਿਰੰਕਾਰੀ ਮਾਰਿਆ ਸੀ ਉਹਨੇ। ਅੱਛਾ ਜੀ। ਅਤੇ ਲੇਕਿਨ ਉਹ ਕਹਾਣੀ ਉਹ ਮਾਰਨ ਦੀ ਬਜਾਏ ਉਹ ਕਿਤਾਬ 'ਚ ਹੋਰ ਤਰ੍ਹਾਂ ਲਿਖ ਦਿੱਤੀ। ਅੱਛਾ ਜੀ, ਅੱਛਾ ਜੀ। ਉਹ ਤੰਗਲੀ ਦੇ ਨਾਲ? ਹਾਂਜੀ, ਉਹ ਤੰਗਲੀ ਨਾਲ ਨਹੀਂ, ਔਰ ਬਲ ਪਿਸਟਲ ਦੇ ਨਾਲ ਉਹ ਗੋਲੀਆਂ ਮਾਰਤੀਆਂ, ਮਾਰ ਹੀ ਦਿੱਤਾ ਸੀਗਾ ਉਹ। ਠੀਕ ਆ ਜੀ, ਠੀਕ ਆ। ਉਹ ਕੋਈ ਇੱਦਾਂ ਦੀ ਕੋਈ ਗੱਲ ਹੋਈ ਸੀ ਉਹਨਾਂ ਨੇ ਭਾਈ ਸਿੰਦਰ ਸਿੰਘ ਸੋਢੀ ਨੂੰ ਟਾਂਚ ਕੀਤੀ ਹੋਵੇ ਜਾਂ ਕੋਈ ਗੱਲ ਹੋਵੇ, ਜਾਂ ਭਾਈ ਸਿੰਦਰ ਸਿੰਘ ਸੋਢੀ ਪਹਿਲਾਂ ਹੀ ਮਿੱਥ ਕੇ ਗਏ ਸੀ ਉਹ ਨਿਰੰਕਾਰੀ ਨੂੰ ਮੈਂ ਮਾਰਨਾ, ਬੁੱਲੋਵਾਲ ਦਾ ਅੱਡਾ ਮਸ਼ਹੂਰ ਹੋ ਗਿਆ। ਨਿਰੰਕਾਰੀ ਸੀਗਾ, ਉਹ ਇਹਨਾਂ ਦਾ ਮੇਨ ਲੀਡਰ ਸੀਗਾ ਨਿਰੰਕਾਰੀਆਂ ਦਾ ਉਸ ਟਾਈਮ 'ਤੇ, ਆਪਣੇ ਮਤਲਬ ਇਸ ਏਰੀਏ ਦੇ ਵਿੱਚ, ਹੁਸ਼ਿਆਰਪੁਰ ਦੇ ਵਿੱਚ, ਜਿਹੜੀ ਕੁਛ ਇਹਨਾਂ ਦੀ ਕਮੇਟੀ ਸੀਗੀ। ਠੀਕ ਹੈ ਜੀ। ਉਹ ਮੈਂਬਰ ਸੀ ਕੁਲਤਾਰ ਸਿੰਘ, ਉਹਦਾ ਨਾਂ ਸੀਗਾ। ਠੀਕ ਹੈ ਜੀ। ਉਹਦੀ ਦੁਕਾਨ ਸੀ ਬੁੱਲੋਵਾਲ ਦੇ। ਅੱਛਾ, ਬੁੱਲੋਵਾਲ ਅੱਡੇ ਦੇ ਵਿੱਚ ਦੁਕਾਨ ਸੀ? ਦੁਕਾਨ ਸੀ, ਅਤੇ ਲੇਕਿਨ ਉਹ ਸਿੱਖਾਂ ਦੇ ਖਿਲਾਫ ਬਹੁਤ ਬੋਲਦਾ ਸੀਗਾ। ਠੀਕ ਹੈ ਜੀ। ਉਹ ਫਿਰ ਇਹ ਜਦੋਂ ਕੁਦਰਤੀ ਆਇਆ ਤਾਂ ਉੱਦਾਂ ਹੀ ਸੀਗਾ। ਅੱਛਾ ਜੀ। ਇਹਨੂੰ ਜਿਸ ਵੇਲੇ ਉਹ ਬੈਠਾ ਦੁਕਾਨ 'ਤੇ ਦੇਸ ਪਿਆ, ਇਹਨਾਂ ਨੇ ਉਹਨੂੰ ਗੋਲੀਆਂ ਮਾਰ ਕੇ, ਅਤੇ ਔਰ ਸਾਰੇ ਬਾਜ਼ਾਰ ਵਿੱਚ ਦੀ ਤੁਰ ਕੇ ਆਣ ਕੇ ਨਾ, ਮੋਟਰਸਾਈਕਲ ਘੱਟੋ ਘੱਟ ਜਦੋਂ ਜਿੱਥੇ ਮਾਰਿਆ ਸੀ ਨਾ, ਉਦੋਂ ਕੋਈ 200-300 ਗਜ ਦੂਰ ਸੀ ਇਹਦਾ ਮੋਟਰਸਾਈਕਲ। ਅੱਛਾ ਜੀ। ਅਤੇ ਤੁਰ ਕੇ ਹੀ ਆਇਆ ਸੀਗਾ, ਅਤੇ ਸਾਰਾ ਬੁੱਲੋਵਾਲ ਬਾਜ਼ਾਰ ਜਾਣਦਾ ਸੀ, ਪਰ ਕਿਸੇ ਨੇ ਵੀ ਉਹਦਾ ਨਾਂ ਨਹੀਂ ਲਿਆ ਕੋ ਸੀਗਾ। ਠੀਕ ਆ ਜੀ, ਠੀਕ ਆ। ਉਹ ਜਿਹੜਾ ਬੁੱਲੋਵਾਲ ਆਪਾਂ ਜਿੱਥੋਂ ਆਏ ਹਾਂ ਮੇਨ ਅੱਡੇ ਤੋਂ, ਉੱਥੇ ਸਾਡੀਆਂ ਦੁਕਾਨਾਂ ਆ ਨਾ। ਅੱਛਾ ਜੀ। ਟਾਏ ਦੀਆਂ ਉੱਥੇ ਜਿਹੜੀਆਂ ਮਤਲਬ ਸਾਡੀਆਂ ਦੁਕਾਨਾਂ, ਉੱਥੇ ਮੇਰੇ ਤੋਂ ਛੋਟਾ ਆਇਆ ਦੁਕਾਨ ਹੁੰਦਾ ਬੈਂਸ ਲਿਖਤਾਂ ਨੂੰ। ਠੀਕ ਆ ਜੀ, ਠੀਕ ਆ। ਉਹ ਦੁਕਾਨਾਂ ਉਸ ਟਾਈਮ ਦੀਆਂ ਆਈਆਂ ਸਾਡੀਆਂ ਪੁਰਾਣੀਆਂ। ਠੀਕ ਆ ਜੀ, ਠੀਕ ਆ। ਉੱਥੇ ਹੀ ਇਹ ਸੈਣੀਵਾਲ ਸਕੂਲ 'ਚ ਇਹ ਪੜ੍ਹਿਆ। ਅੱਛਾ, ਬੁੱਲੋਵਾਲ ਹੀ ਪੜ੍ਹਿਆ? ਬੁੱਲੋਵਾਲ ਹੀ ਪੜ੍ਹਿਆ ਸੀਗਾ। ਕਿਹੜੇ ਸਕੂਲ 'ਚ? ਸੈਣੀਵਾਲ ਸਕੂਲ 'ਚ। ਠੀਕ ਆ ਜੀ, ਠੀਕ ਆ। ਅਸੀਂ ਉੱਥੇ ਕੀਤੀ ਸੀ ਪੰਜਵੀਂ ਤੋਂ, ਪਹਿਲੀ ਤੋਂ ਪੰਜਵੀਂ ਤੱਕ ਮੁੰਡੀਆਂ ਜੱਟਾਂ ਪੜ੍ਹਿਆ ਸੀਗਾ। ਮੁੰਡੀਆਂ ਜੱਟਾਂ ਤਾਂ ਆਪਣੇ ਖਾਲਸਾ ਏਡ ਵਾਲਾ, ਭਾਈ ਖਾਲਸਾ ਏਡ ਵਾਲਿਆਂ ਦਾ ਪਿੰਡ ਹੈ। ਹਾਂਜੀ, ਮੈਂ ਉਹੀ ਦੇਖੀ ਜਾਂਦਾ, ਮੈਂ ਖਾਲਸਾ ਏਡ ਵਾਲਿਆਂ ਦਾ ਇੱਕ ਵਾਰੀ ਪਿੰਡ ਆਏ, ਮੈਂ ਕਿਹਾ ਯਾਰ ਉਹੀ ਰਾਹ ਉੱਧਰ ਨੂੰ ਹੀ। ਖਾਲਸਾ ਏਡ ਵਾਲਾ ਹੀ ਪਿੰਡ ਹੈ ਸਮਝ ਲਓ, ਇਕੱਠਾ ਹੀ ਪਿੰਡ ਹੈ, ਕੋਟਲੀ ਤੋਂ ਮੁੰਡੀਆਂ ਨਾਲ ਹੀ ਆ, ਘਰ ਜੁੜੀ ਹੋਈ ਆ। ਠੀਕ, ਦੇਖ ਲਓ ਸਾਨੂੰ ਨਹੀਂ ਪਤਾ ਸੀਗਾ, ਜਿੱਦਾਂ ਨਾ ਮੈਨੂੰ ਵੀ ਨਹੀਂ ਪਤਾ ਸੀ ਕਿ ਇੱਥੇ ਭਾਈ ਸਾਹਿਬ ਦਾ ਪਿੰਡ ਆ। ਜਦੋਂ ਮੈਂ ਕਈਆਂ ਨੂੰ ਪੁੱਛਣਾ ਚਾਹਿਆ ਇੰਟਰਨੈਟ ਦੇ, ਗੂਗਲ 'ਤੇ ਕਾਫੀ ਕੁਛ ਸਰਚ ਕੀਤੇ ਤਾਂ, ਪਰ ਪਿੰਡ ਨਹੀਂ ਨਿਕਲਦਾ ਸੀਗਾ ਭਾਈ ਸਿੰਦਰ ਸਿੰਘ ਸੋਢੀ ਜੀ ਦਾ। ਉਹ ਮਤਲਬ ਕਿ ਉਸ ਵੇਲੇ ਹਜੇ ਜਿਹੜਾ ਸੀ ਨਾ ਰਵੀ ਸਿੰਘ, ਉਹ ਨਹੀਂ ਸੀ ਜੁੜੇ ਹੋਏ ਇਹਨਾਂ ਦੇ ਨਾਲ। ਹਾਂਜੀ, ਰਵੀ ਸਿੰਘ ਖਾਲਸਾ, ਉਹਨਾਂ ਨੇ ਤਾਂ ਬਹੁਤ ਬਾਅਦ 'ਚ ਹੁਣ, ਜਾਣੀ ਕਿ ਹੁਣੇ ਸੇਵਾ ਸ਼ੁਰੂ ਕੀਤੀ, ਆਪਾਂ ਕਹਿ ਸਕਦੇ ਹਾਂ ਕਿ ਕੋਈ 10 ਸਾਲ ਪਹਿਲਾਂ। ਜਿਹੜੀ ਕਹਾਣੀ ਦੱਸਦੇ ਆ ਨਾ ਕਿ ਜਿੱਦਾਂ ਮੈਂ ਜੁੜਿਆ ਚਰਨਜੀਤ ਚੰਨਾ, ਜਿਹੜਾ ਉਹਨਾਂ ਦੇ ਪਿੰਡ ਦਾ ਸ਼ਹੀਦ ਹੋਇਆ ਸੀ ਨਾ। ਅੱਛਾ ਜੀ। ਉਹ ਮੇਰਾ ਬਿਲਕੁਲ ਪੱਕਾ ਦੋਸਤ ਸੀਗਾ। ਠੀਕ ਆ ਜੀ। ਅਤੇ ਉਹਨੂੰ ਜਦੋਂ ਪੁਲਿਸ ਨੇ ਸ਼ਹੀਦ ਕੀਤਾ, ਉਹ ਤੋਂ ਬਾਅਦ ਇਹਨਾਂ 'ਤੇ ਅਸਰ ਹੋਇਆ ਤਾਂ ਫਿਰ ਇਹ ਜੁੜੇ ਆ। ਠੀਕ ਆ ਜੀ। ਅਤੇ ਉਹ ਵੀ ਲਹਿਰ 'ਚ ਤਾਂ ਕੁੱਦ ਪਿਆ ਸੀਗਾ। ਠੀਕ ਆ ਜੀ। ਲੇਕਿਨ ਉਹ ਪੁਲਿਸ ਦੇ ਮੁਕਾਬਲੇ 'ਚ ਉਹਨਾਂ ਨੇ ਜਦੋਂ ਮਾਰ ਦਿੱਤਾ ਉਹਨੂੰ, ਉਹ ਤੋਂ ਬਾਅਦ ਫਿਰ ਰਵੀ ਸਿੰਘ 'ਤੇ ਅਸਰ ਹੋਇਆ, ਕਿਉਂ ਰਵੀ ਸਿੰਘ ਉਹਦੇ ਨਾਲ ਪੜ੍ਹਦੇ ਇਕੱਠੇ ਦੋਸਤ ਸੀਗੇ ਉਹ। ਠੀਕ ਆ ਜੀ। ਅਤੇ ਭਾਈ ਸਾਹਿਬ ਇੱਕ ਕੋਈ ਹੋਰ ਕੋਈ ਭਾਈ ਸਾਹਿਬ ਦੇ ਬਚਪਨ ਦੀ ਕੋਈ ਗੱਲ ਹੋਵੇ ਜਿਹੜੀ ਤੁਹਾਨੂੰ ਕੋਈ ਯਾਦ ਹੋਵੇ, ਜਾਂ ਇੱਕ ਕੋਈ ਉਹ ਇੱਦਾਂ ਦੀ ਕੋਈ ਗੱਲ ਸਾਨੂੰ ਜੇ ਦੱਸ ਸਕੋ ਤਾਂ ਤੁਸੀਂ? ਬਚਪਨ ਦੀਆਂ ਤਾਂ ਹੁਣ ਯਾਦ ਇੱਦਾਂ ਕਿੰਨੀਆਂ ਹੀ ਆ ਗਈਆਂ, ਇੱਦਾਂ ਹੁਣ ਖੇਡਦਾ ਖੂਡਦਾ ਹੀ ਰਿਹਾ ਇੱਥੇ ਪਿੰਡ 'ਚ, ਸਾਰੇ ਪਿੰਡ ਨੂੰ ਹੀ। ਅੱਛਾ ਜੀ, ਕਿਹੜੀ ਖੇਡ ਖੇਡਦੇ ਹੁੰਦੇ ਸੀ? ਕਬੱਡੀ ਵੀ ਖੇਡਦਾ ਸੀਗਾ, ਗੁੱਲੀ ਡੰਡਾ, ਬਾਂਟੇ ਜ਼ਿਆਦਾ ਖੇਡਦਾ। ਹਾਂਜੀ, ਬਾਂਟੇ 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 ਜ਼ਿਆਦਾ ਚੱਲਦੇ ਹੁੰਦੇ ਸੀ, ਜਾਂ ਗੁੱਲੀ ਡੰਡਾ। ਬਾਂਟਿਆਂ 'ਤੇ ਉਹ ਕੁੱਟ ਵੀ ਖਾ ਲੈਣੀ ਉਹਨੇ ਚਾਚਾ ਜੀ ਤੋਂ। ਠੀਕ ਆ। ਉਹ ਸਾਡੇ ਬਜ਼ੁਰਗ ਜਾਣੀ ਕਿ ਸੀਗੇ ਬੁੱਲੋਵਾਲ ਰਹਿੰਦੇ ਸੀ, ਸੋਢੀ ਦੇ ਤਾਇਆ ਜੀ ਬੁੱਲੋਵਾਲ ਰਹਿੰਦੇ ਸੀਗੇ, ਚਾਚਾ ਜੀ ਇੱਥੇ ਪਿੰਡ ਰਹਿੰਦੇ ਸੀਗੇ। ਠੀਕ। ਪਰਿਵਾਰ ਇਕੱਠਾ ਹੀ ਸੀਗਾ। ਠੀਕ। ਉੱਥੇ ਦੁਕਾਨਾਂ ਕਰਕੇ ਰਹਿ, ਅੱਧੀ ਰਿਹਾਇਸ਼ ਉੱਥੇ ਸੀ, ਅੱਧੀ ਇੱਥੇ ਸੀਗੀ, ਜ਼ਮੀਨ ਇੱਥੇ ਹੀ ਜੱਦੀ ਜੀ। ਠੀਕ, ਠੀਕ। ਉਹ ਫਿਰ ਪਿੰਡ ਇੱਥੇ ਜਦੋਂ ਆਉਣਾ ਤਾਂ ਉਹਨੇ ਵਾਂਡੇ ਵੁੰਡੇ ਖੇਡਣ ਲੱਗ ਪੈਣਾ, ਅਤੇ ਫਿਰ ਕਈ ਵਾਰੀ ਕੁੱਟ ਵੀ ਪੈਣੀ ਜਦੋਂ ਬਹੁਤ ਛੋਟਾ ਸੀਗਾ। ਠੀਕ ਆ ਜੀ। ਅਤੇ ਭਾਈ ਸਾਹਿਬ ਇੱਕ ਕੋਈ ਹੋਰ ਜੇ ਤੁਸੀਂ ਕੋਈ ਗੱਲ ਦੱਸਣਾ ਚਾਹੁੰਦੇ ਹੋਵੋ, ਤੁਹਾਡੇ ਦਿਮਾਗ ਦੇ ਵਿੱਚ ਆਵੇ ਕੋਈ ਹੋਰ ਵੀ ਜਿਹੜੀ ਕੋਈ ਗੱਲ ਸਾਂਝੀ ਕਰਨੀ ਚਾਹੁੰਦੇ ਹੋਵੋ? ਹੋਰ ਹੁਣ ਇੱਦਾਂ ਯਾਦ ਨਹੀਂ, ਹੁਣ ਕਾਫੀ ਟਾਈਮ ਹੋਣ ਤਾਂ ਉੱਦਾਂ ਵੀ ਯਾਦਦਾਸ਼ਤ ਵੀ ਕਮਜ਼ੋਰ ਹੋ ਗਈ ਆ। ਕਈ ਗੱਲਾਂ ਜਿਹੜੀਆਂ ਮਤਲਬ ਕਿ ਬਾਅਦ ਵਿੱਚ ਕਈ ਵਾਰ ਦਿਮਾਗ 'ਚ ਆ ਵੀ ਜਾਂਦੀਆਂ, ਕਈ ਵਾਰੀ ਨਹੀਂ ਆਉਂਦੀਆਂ। ਠੀਕ ਆ ਜੀ, ਠੀਕ ਆ। ਸਿਰਫ ਉਹ ਇਹਦਾ ਕਿ ਸੰਤਾਂ
ਉਹ ਮਸ਼ਹੂਰ ਜ਼ਿਆਦਾ ਜੇ ਹੋਇਆ ਕਿ ਜਿੱਦਾਂ ਸੰਤਾਂ ਨੇ ਉਦੋਂ ਸ਼ਹੀਦ ਤੇ ਨਾ ਰੋ ਸੰਤ ਪਹਿਲੀ ਵਾਰ ਰੋਏ ਸੀਗੇ ਨਹੀਂ ਤਾਂ ਸੰਤ ਕਦੀ ਰੋਏ ਨਹੀਂ ਸੀਗੇ ਅੱਛਾ ਜੀ ਹਾਂਜੀ ਬਹੁਤ ਬਹੁਤ ਜਗ੍ਹਾ ਤੇ ਲਿਖਿਆ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਖੱਬੀ ਜਾਂ ਸੱਜੀ ਬਾਂਹ ਹਾਂਜੀ ਸੱਜੀ ਬਾਂਹ ਕਹਿ ਦਿੰਦੇ ਸੀ 14 ਨੰਬਰ ਕੈਸਟ ਆ ਸੰਤਾਂ ਦੀ ਰਿਕਾਰਡ ਆ ਉਹਨਾਂ ਦੀ ਆਵਾਜ਼ ਅੱਛਾ ਜੀ ਕੋਈ ਇਹ ਨਹੀਂ ਕਿ ਸੁਣ ਐਵੇਂ ਹਵਾ ਦੰਦ ਕਥਾ ਨਹੀਂ ਹੈਗੀ ਉਹਨਾਂ ਨੇ ਮੰਜੀ ਸਾਹਿਬ ਜਿੱਦਣ ਸ਼ਹੀਦ ਹੋਇਆ ਸੀਗਾ ਨਾ ਉਹ ਤੋਂ ਬਾਅਦ ਸੰਤਾਂ ਨੇ ਸਟੇਜ ਤੇ ਰੋ ਕੇ ਕਿਹਾ ਸੀਗਾ ਇਹਨਾਂ ਅਕਾਲੀਆਂ ਨੂੰ ਕੀ ਪਤਾ ਸੋਡੀ ਕੀ ਸੀਗਾ ਇਹਨਾਂ ਨੇ ਅੱਜ ਮੇਰੀ ਸੱਜੀ ਬਾਂਹ ਵੱਢੀ ਆ ਤਾਂ ਇਹਦਾ ਨਾਮ ਇਹ ਤਾਂ ਲੋਕਾਂ ਸਾਰਿਆਂ ਸੰਗਤ ਨੂੰ ਪਤਾ ਲੱਗਾ ਕੀ ਸੀ ਸੋਡੀ ਓਦਾਂ ਸੋਡੀ ਦਾ ਨਹੀਂ ਸੀ ਪਤਾ ਆਮਾ ਕਿਉਂ ਉਹ ਸੰਤਾਂ ਨਾਲ ਸੀਗਾ ਜੋ ਕਰਦਾ ਸੀ ਸੰਤਾਂ ਨੂੰ ਪਤਾ ਸੀਗਾ ਨਾ ਠੀਕ ਉਹ ਸੰਤਾਂ ਨੇ ਫਿਰ ਉਸ ਦਿਨ ਸਟੇਜ 'ਤੇ 14 ਨੰਬਰ ਕੈਸਟ ਦੇ ਵਿੱਚ ਰਿਕਾਰਡ ਆ ਗੱਲ ਸੰਤਾਂ ਦੀਆਂ ਜਿਹੜੀਆਂ ਸਪੀਚ ਆ ਦੀਆਂ ਉਸ ਟਾਈਮ ਦੀਆਂ ਕੈਸਟਾਂ ਆ ਨਾ ਇੱਕ ਨੰਬਰ ਵਾਰੀ ਉਹ 14 ਨੰਬਰ ਕੈਸਟ ਆ ਉਹਦਾ ਉਹਨੂੰ ਕਹਿੰਦੇ ਉਹਦੀ ਰਿਕਾਰਡਿੰਗ ਮਿਲ ਜਾਂਦੀ ਆਮ ਠੀਕ ਆ ਜੀ ਉਹਨਾਂ ਦੇ ਕੋਲ ਤੋਂ ਮੰਜੀ ਸਾਹਿਬ 'ਤੇ ਸਪੀਚ ਦੇ ਵਿੱਚ ਕਿਹਾ ਸੀ ਮਤਲਬ ਮੇਰੀ ਅੱਜ ਤੁਸੀਂ ਇਹਨਾਂ ਨੇ ਸੱਜੀ ਬਾਂਹ ਵੱਢੀ ਆ ਠੀਕ ਆ ਜੀ ਜਿਹੜਿਆਂ ਕਿਉਂ ਅੰਦਰੋਂ ਹੀ ਸਾਜਿਸ਼ ਹੋਈ ਸੀਗੀ ਨਾ ਉੱਥੇ ਲੌਂਗੋਵਾਲ ਦਾ ਸਕੱਤਰ ਸੀਗਾ ਨਾਲ ਭਾਟੀਆ ਮਲਕ ਭਾਟੀਆ ਸੀਗਾ ਤਲਵੰਡੀ ਗਰੁੱਪ ਦਾ ਅਤੇ ਉਹ ਸਾਰੇ ਅੰਦਰ ਉੱਥੇ ਮਾਰੇ ਵੀ ਗਏ ਉਸ ਵੇਲੇ ਤੋਤੀ ਸੀਗਾ ਅਤੇ ਇਹ ਉਹ ਕਿਹੜੀ ਜਗ੍ਹਾ ਹੋਇਆ ਸੀ ਜੀ ਜਿਹੜਾ ਜਿੱਥੇ ਭਾਈ ਸਾਹਿਬ ਸ਼ਹੀਦ ਹੋਏ ਸੀ ਉਹ ਜਗ੍ਹਾ ਕਿੱਥੇ ਆ ਕਿਹੜਾ ਪਿੰਡ ਜਗ੍ਹਾ ਸਿੰਧੀ ਹੋਟਲ ਹੁੰਦਾ ਸੀਗਾ ਕਿੱਥੇ ਜੀ ਅੱਛਾ ਅੰਮ੍ਰਿਤਸਰ ਅੱਛਾ ਜੀ ਸਿੰਧੀ ਹੋਟਲ ਬਿਲਕੁਲ ਜਿਹੜਾ ਰਾਮਦਾਸ ਗੁਰੂ ਆਪਣੇ ਸਰਾਂ ਆ ਨਾ ਉਹਦੇ ਜਿਹੜਾ ਗੇਟ ਬਾਹਰ ਨਿਕਲਦੇ ਆ ਉਹਦੇ ਬਿਲਕੁਲ ਸਾਹਮਣੇ ਹੁੰਦਾ ਸੀ ਹੋਟਲ ਠੀਕ ਅੱਜ ਉੱਥੇ ਜਿਹੜੀਆਂ ਉਹ ਸ਼ੈੱਡ ਜਿਹਾ ਪਾ ਕੇ ਤਾਂ ਬੱਸਾਂ ਜਿਹੜੀਆਂ ਫ੍ਰੀ ਚਲਾਉਂਦੇ ਨਾ ਫ੍ਰੀ ਵਾਲੀਆਂ ਸ਼੍ਰੋਮਣੀ ਕਮੇਟੀ ਅੱਛਾ ਜੀ ਬੱਸਾਂ ਖੜਦੀਆਂ ਉਸ ਜਗ੍ਹਾ 'ਤੇ ਠੀਕ ਉਹ ਉਸ ਜਗ੍ਹਾ 'ਤੇ ਸਿੰਧੀ ਹੋਟਲ ਸੀਗਾ ਜਿਹਦੇ ਵਿੱਚ ਉਹਦੇ ਠੀਕ ਆ ਜੀ ਅੱਛਾ ਜੀ ਇਹ ਗੇਟ ਵੀ ਉਸੇ ਟਾਈਮ ਦਾ ਬਹੁਤ ਭਾਰ ਆਇਆ ਇਸ ਇਸ ਲੋਹਾ ਨਹੀਂ ਮਿਲਣਾ ਹੁਣ ਇੱਦਾਂ ਹਾਂਜੀ 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 ਵਧੀਆ ਲੋਹਾ ਆਇਆ ਅਤੇ ਇੱਧਰ ਇਹ ਸਾਰਾ ਘਰ ਸੀਗਾ ਜੀ ਇਹਨਾਂ ਦੀ ਜੁਆਇੰਟ ਫੈਮਿਲੀ ਰਹਿੰਦੀ ਸੀ ਅਤੇ ਉਹ ਹੁਣ ਕਾਫੀ ਆ ਜਿੱਦਾਂ ਕਿ ਦੱਸਦੇ ਆ ਵੀ ਅਲੱਗ ਅਲੱਗ ਸਥਾਨ ਨੀਵੇਂ ਹੋ ਗਏ ਸੀਗੇ ਕਮਰੇ ਅਤੇ ਆਹ ਵੀ ਦੇਖੋ ਆਹ ਜਿਹੜੀ ਛੱਤ ਇਹਨਾਂ ਨੇ ਇੱਥੇ ਛੱਤ ਹੁੰਦੀ ਸੀ ਅਤੇ ਹੁਣ ਆਹ ਇੱਟਾਂ ਰੱਖ ਕੇ ਤਾਂ ਛੱਤ ਉੱਚੀ ਕੀਤੀ ਹੋਈ ਹੈ ਪੱਠੇ ਗੋਦਣ ਵਾਲੀ ਮਸ਼ੀਨ ਲੱਗੀ ਹੋਈ ਹੈ ਦੇਖੋ ਸੈਲਫ ਜਿਹੜੀ ਹੁੰਦੀ ਆ ਹਾਂਜੀ 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 ਜਿਹੜੀ ਕਮਰੇ 'ਚ ਸੈਲਫ ਹੁੰਦੀ ਆ ਇਹ ਤੋਂ ਥੱਲੇ ਸੀ ਫਰਕ ਸਹੀ 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 ਹੈ ਜੀ ਸਹੀ ਆ ਅਤੇ ਇਹ ਇਹਨਾਂ ਦੇ ਪਰਿਵਾਰ ਲਈ ਵੀ ਬਹੁਤ ਚੰਗੀ ਗੱਲ ਆ ਕਿ ਇਹਨਾਂ ਨੇ ਜਿਹੜੀ ਭਾਈ ਸਾਹਿਬ ਦੀ ਨਿਸ਼ਾਨੀ ਸਾਂਭ ਕੇ ਰੱਖੀ ਹੋਈ ਹੈ ਅਤੇ ਇਹ ਉਹ ਕਮਰਾ ਜੀ ਜਿੱਥੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਜੁੱਤੀ ਲੈ ਕੇ ਅੰਦਰ ਨਹੀਂ ਜਾਂਦਾ ਅਤੇ ਭਾਈ ਸਾਹਿਬ ਨੇ ਇੱਥੇ ਉਦੋਂ ਵਿਹੜਾ ਹੁੰਦਾ ਸੀਗਾ ਅਤੇ ਇੱਥੇ ਹੁਣ ਦਰੱਖਤ ਲਾਏ ਹੋਏ ਆ ਇਹਨਾਂ ਨੂੰ ਸ਼ੌਂਕ ਆ ਦਰੱਖਤ ਲਾਉਣ ਦਾ ਅਤੇ ਇੱਧਰ ਉਹ ਕਮਰਾ ਆਇਆ ਜੀ ਜਿਹੜਾ ਜਿੱਥੇ ਭਾਈ ਸੁਰਿੰਦਰ ਸਿੰਘ ਸੋਢੀ ਜੀ ਦਾ ਜਨਮ ਹੋਇਆ ਸੀਗਾ ਅਤੇ ਇਹਦੇ ਵੀ ਉਸ ਵੇਲੇ ਦਾ ਕਮਰਾ ਸੀਗਾ ਹੁਣ ਇਹਨਾਂ ਨੇ ਮਤਲਬ ਉਸ ਵੇਲੇ ਘਰ ਇੱਥੇ ਹੁੰਦਾ ਸੀ ਹਵੇਲੀ ਪਿਛਲੇ ਘਰ ਹੁੰਦੀ ਸੀ ਹੁਣ ਉੱਧਰੋਂ ਘਰ ਇੱਧਰ ਲੈ ਆਉਂਦਾ ਆ ਅਤੇ ਹਵੇਲੀ ਤੋਂ ਘਰ ਉੱਧਰ ਲੈ ਗਿਆ ਆ ਅਤੇ ਉੱਧਰੋਂ ਹਵੇਲੀ ਇੱਧਰ ਲੈ ਜਾਂਦੀ ਆ ਅਤੇ ਇਹ ਉਹ ਕਮਰਾ ਜੀ ਭਾਈ ਸਾਹਿਬ ਦਾ ਜਿੱਥੇ ਜਨਮ ਹੋਇਆ ਸੀਗਾ ਅਤੇ ਇਹ ਵੀ ਇਹਨਾਂ ਨੇ ਸਾਂਭਿਆ ਹੋਇਆ ਵਾ ਦੱਸ ਦਿਆ ਕਿ ਦੋ ਵਾਰੀ ਛੱਤ ਡਿੱਗ ਚੁੱਕੀ ਸੀ ਅਤੇ ਦੋ ਵਾਰੀ ਬਾਲੇ ਬਦਲੇ ਆ ਅਤੇ ਸਾਈਡਾਂ 'ਤੇ ਕੰਧਾਂ ਤੋਂ ਕਲਰ ਡਿੱਗਦਾ ਸੀ ਤਾਂ ਇਸ ਕਰਕੇ ਸਾਈਡਾਂ 'ਤੇ ਕੰਧਾਂ 'ਤੇ ਸੀਲਿੰਗ ਕਰ ਦਿੱਤੀ ਹੈ ਅਤੇ ਇਸ ਦਿਨ ਸਾਡੇ ਨਾਲ ਜੀ ਭਾਈ ਸਾਹਿਬ ਜਿਨ੍ਹਾਂ ਨੇ ਭਾਈ ਸੁਰਿੰਦਰ ਸਿੰਘ ਸੋਢੀ ਦੇ ਬਚਪਨ ਬਾਰੇ ਅਤੇ ਉਹਨਾਂ ਦੀ ਸਾਰੀ ਜਿਹੜੀ ਜੀਵਨੀ ਬਾਰੇ ਸਾਨੂੰ ਦੱਸਿਆ ਅਤੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ